ਸਰਕਾਰੀ ਨਾਈਟ ਐਡੀਸ਼ਨ ਜਿੱਦੀ ਆਉਂਦਾ ਹੁਣ ਆਹ ਦੇਖੋ ਆਹ ਭਾਈ ਨੇ ਚੁਕਾਤਾ ਇੰਨਾ ਵਧੀਆ ਕੰਮ ਕੀਤਾ ਭਾਈ ਫਿਰ ਕਿੰਨੀ ਘੈਂਟ ਗੱਡੀ ਹੈ ਭਾਈ ਦੀ ਸਿਰਾ I've seen things that you wouldn't believe. I was lost until I found that I'm in. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਾਰਿਆਂ ਦਾ ਮੈਂ ਉਹ ਵਜਾਵਾਂ ਕਿ ਗੱਡੀ ਕੱਢਣ ਲੱਗੇ ਆਪਾਂ ਪਹਿਲਾਂ ਥੋੜ੍ਹਾ ਜਿਹਾ ਵਾਰਮ ਅਪ ਕਰ ਲਈਏ ਗੱਡੀ ਵਾਰਮ ਹੋ ਰਹੀ ਹੈ ਤੇ ਆਪਾਂ ਇਹਦਾ ਕਵਰ ਲਾ ਦਈਏ ਤੇ ਹੁਣ ਆਪਾਂ ਨਿਕਲ ਚੱਲੇ ਹਰਮਨ ਵੀ ਆ ਗਿਆ ਮੇਰੇ ਨਾਲ ਕਿੱਦਾਂ ਹਰਮਨ ਵਧੀਆ ਜੀ ਤੁਸੀਂ ਦੱਸੋ ਵਧੀਆ ਵਧੀਆ ਤੇ ਮੈਂ ਤੇ ਹਰਮਨ ਚੱਲੇ ਹਾਂ ਸੰਡੇ ਆ ਤੇ ਥੋੜ੍ਹਾ ਜਿਹਾ ਕੰਮ ਕਰਾਉਣਾ ਹੈ ਰੈਪਿੰਗ ਰੂਪਿੰਗ ਜੀ ਦੇਖ ਰਹੇ ਜੇ ਕਿਤੇ ਵਧੀਆ ਮਿਲ ਗਿਆ ਤੇ ਰੈਪਿੰਗ ਕਰਾਵਾਂਗੇ ਗੱਡੀ ਥੋੜ੍ਹੀ ਬਹੁਤ ਸਾਈਡਾਂ ਸਾਈਡਾਂ 'ਤੇ ਕਰਾਉਣੀ ਹੈ ਪੂਰੀ ਨਹੀਂ ਕਰਾਉਣੀ ਪੁਲ ਥੱਲੇ ਇੱਥੇ ਇੱਕ ਸ਼ੋਪ ਹੈਗੀ ਇੱਥੇ ਪਤਾ ਕਰਦੇ ਹਾਂ ਜੇ ਇੱਥੇ ਹੋਇਆ ਰੈਪਿੰਗ ਦਾ ਵਧੀਆ ਹੋ ਸੀ ਤਾਂ ਸੀਗਾ ਬਟ ਇਹ ਨਹੀਂ ਪਤਾ ਕਿੱਦਾਂ ਕਰਦੇ ਹਾਂ ਮੈਂ ਤਾਂ ਪਹਿਲਾਂ ਵੀ ਥੋੜ੍ਹਾ ਬਹੁਤ ਕੰਮ ਕਰਾਇਆ ਵਿਸ਼ਾਲ ਮੈਗਾ ਮਾਰਟ ਦੀ ਐਡਵਰਟੀਜ਼ਮੈਂਟ ਉਹ ਹੈਗਾ ਚੋਲੀ ਚੋਲੀ ਕਰਕੇ ਇੱਥੇ ਪਤਾ ਕਰਦੇ ਹਾਂ ਕਰਾਉਣ ਲੱਗੇ ਹੁਣ ਆਪਾਂ ਬਾਈ ਨੂੰ ਮੇਜਰਮੈਂਟ ਲੈ ਰਹੇ ਹਾਂ ਉਹ ਵਾਲੀ ਸ਼ੀਟ ਹੈ ਕਹਿੰਦਾ ਸਭ ਤੋਂ ਬੈਸਟ ਕੁਆਲਿਟੀ ਦੀ ਇੱਥੇ 1210 ਹੈਗੀ ਤੇ 900 ਦੀ ਗੱਲ ਮੁੱਕੀ ਤੇ ਭਾਈ ਦੀ ਸ਼ੋਪ ਇੱਦਾਂ ਦੀ ਕੁਛ ਆਹ ਕੰਪਨੀ ਹੈਗੀ ਇਹਦੀ ਕੋਈ ਕਹਿ ਰਹੇ ਹੈ ਓਰੈਕਲ ਓਰੈਕਲ ਹੈ ਕਹਿੰਦੇ ਸਭ ਤੋਂ ਵਧੀਆ ਵਾਲੀ ਇਹੀ ਹੈ ਤਾਂ ਬਾ ਕੇ ਇਹੀ ਕਰਾ ਲਈਏ ਚੀਜ਼ ਤੇ ਕਰਨਾ ਆਪਾਂ ਜਿਹੜੀ ਗਰੇ ਗਰੇ ਆ ਦੱਸੋ ਮੇਰਾ ਰੀਅਰ ਵਿਊ ਮੇਰੇ ਤੇ ਤਾਂ ਪਿੱਛੇ ਆਹ ਦੇਖੋ ਆਹ ਭਾਈ ਨੇ ਚੁਕਾਤਾ ਕਿੰਨਾ ਵਧੀਆ ਕੰਮ ਕੀਤਾ ਜੋਲੀ ਭਾਈ ਦੀ ਸ਼ੋਪ ਇਹਨਾਂ ਦੀ ਇੱਕਦਮ ਮੈਚ ਕਰਾਤਾ ਪੂਰਾ ਹੁਣ ਦੂਜੀ ਸਟ੍ਰਿਪ ਲੱਗਣ ਲੱਗੀ ਹੈ ਆਹ ਦੇਖੋ ਜੀ ਇੱਕ ਸਾਈਡ ਦਾ ਹੋ ਗਿਆ ਤਾਂ ਇੱਕ ਸਾਈਡ ਦਾ ਰਹਿ ਗਿਆ ਅਤੇ ਭਾਅ ਜੀ ਗਏ ਆ ਪਿੱਛੇ ਤਾਂ ਤੁਹਾਨੂੰ ਇੱਧਰੋਂ ਲੁੱਕ ਦਿਖਾ ਦਿੰਦੇ ਕਿਆ ਸ਼ਾਨਦਾਰ ਲੁੱਕ ਆ ਰਹੀ ਆ ਚੈੱਕ ਕਰੋ ਪੂਰਾ ਪੂਰਾ ਬਲੈਕ ਹੋ ਗਿਆ ਪਹਿਲਾਂ ਗਰੇ ਲੱਗ ਰਿਹਾ ਸੀਗਾ ਇੱਥੇ ਇਹ ਥੋੜ੍ਹਾ ਡਿਫਰੈਂਟ ਜਿਹਾ ਲੱਗਦਾ ਸੀਗਾ ਵਿੱਚ ਗੈਪ ਜਿਹਾ ਲੱਗਦਾ ਸੀਗਾ ਦੇਖੋ ਪਰ ਹੁਣ ਇਹ ਪਹਿਲਾਂ ਦੇ ਆ ਬਿਫੋਰ ਅਤੇ ਆਫਟਰ ਦੀ ਆ ਦੇਖੋ ਆਫਟਰ ਚੈੱਕ ਕਰੋ ਕਿਆ ਖਤਰਨਾਕ ਜ਼ਬਰਦਸਤ ਲੁੱਕ ਆ ਰਹੀ ਹੈ ਇਹ ਪੂਰਾ ਬਲੈਕ ਕਰਕੇ ਦੱਸਾਂਗੇ ਹੈਂ ਖੁਫੀਆ ਰਾਸਾ ਮੰਤਰ ਮੂਤਰ ਕੀਤਾ ਹੋਇਆ ਕਿਸੇ ਨੇ ਲਾਈਟ ਵੀ ਚੱਲਦੀ ਹੈ ਆਹ ਦੇਖੋ ਜੀ ਇਹ ਭੁੱਲ ਪਈ ਹੈ ਰੋਪੜ ਦੀ ਹਰਮਨ ਜਾ ਰਿਹਾ ਦੇਖਣ ਕਿਹਦੇ ਘਰ ਕਰਨਾ ਪੜ ਜੀ ਕਰਦਾ ਨੀ ਹੁਣ ਦਿਖਾਈ ਦਿਓ ਤੁਸੀਂ ਕਦੇ ਦੇਖਿਆ ਨੀ ਹੋਣਾ ਪਹਿਲੀ ਵਾਰ ਆਹ ਜੇ ਕਰੋ ਜੀ ਕੁਛ ਨੀ ਉੱਪਰ ਗੱਡੀ ਗੱਡੀ ਸਾਡੀ ਥੱਲੇ ਅੱਛਾ ਘਰ ਹੋਣਾ ਕਿਸੇ ਦਾ ਹੈਨਾ ਆਹ ਥੋੜ੍ਹਾ ਸੋਫਾ ਲਾਇਆ ਏ ਕਲਾਸ ਉਹ ਸਾਹਮਣੇ ਮਨਾਲੀ ਵਾਲਾ ਹਾਈਵੇ ਛੇਤੀ ਜਾਵਾਂਗੇ ਇਸ ਹਾਈਵੇ 'ਤੇ ਹਾਂ ਦੂਜੀ ਸਾਈਡ ਹੋ ਰਿਹਾ ਹਾਂਜੀ ਹਾਂਜੀ ਇੱਧਰ ਹੋ ਰਿਹਾ ਇੱਧਰ ਰਹਿ ਗਿਆ ਬਸ ਥੋੜ੍ਹਾ ਜਿਹਾ ਇੱਧਰ ਵੀ ਇੱਦਾਂ ਕੰਪਲੀਟ ਹੋ ਗਿਆ ਤੁਹਾਨੂੰ ਉੱਧਰ ਪੂਰੀ ਲੁੱਕ ਦਿਖਾਉਂਦੇ ਆ ਹੁਣ ਚੈੱਕ ਕਰੋ ਪੂਰੀ ਓਪਨ ਵਿੱਚ ਜਦੋਂ ਲੁੱਕ ਰਹਿ ਗਈ ਕਮੈਂਟ ਸੈਕਸ਼ਨ ਜ਼ਰੂਰ ਦੱਸਿਓ ਹੁਣ ਚੈੱਕ ਕਰੋ ਲੁੱਕ ਪੂਰੀ ਕਮੈਂਟ ਕਰਕੇ ਦੱਸੋ ਕਿੱਦਾਂ ਲੱਗਦੀ ਗੱਡੀ ਸਾਡੇ ਸ਼ੰਭੂ ਭਾਅ ਜੀ ਕਰਦੇ ਆ ਰੈਪਿੰਗ ਆ ਚੈੱਕ ਕਰੋ ਫਾਈਨਲ ਲੁੱਕ ਸਾਈਡ ਤੋਂ ਜ਼ਬਰਦਸਤ ਲੁੱਕ ਆ ਰਹੀ ਹੈ ਖਤਰਨਾਕ ਪੂਰੀ ਹੋ ਗਈ ਹੈ ਹੁਣ ਆਹ ਰਹਿ ਗਿਆ ਤੇ ਪਿੱਛੇ ਵਾਲਾ ਰਹਿ ਗਿਆ ਇੱਧਰ ਵਾਲਾ ਭਾਜੀ ਕਰ ਰਿਹਾ ਤਾਂ ਹੁਣ ਮੈਂ ਇੱਕ ਲੁੱਕ ਦਿਖਾ ਦਿੰਦਾ ਉਹਦੀ ਕਿੱਦਾਂ ਦੀ ਆ ਰਹੀ ਹੈ ਕਿੱਦਾਂ ਦੀ ਕੁਛ ਲੁੱਕ ਆ ਰਹੀ ਹੈ ਪੂਰੀ ਮੈਚ ਕਰ ਗਈ ਹੈ ਕਰ ਰਿਹਾ ਵਾਈਟ ਥੋੜ੍ਹਾ ਔਡ ਲੱਗਣਾ ਸੀ ਬਲੈਕ ਦੇ ਉੱਪਰ
ਤਾਂ ਕਰਕੇ ਮੈਂ ਬਲੈਕ ਹੀ ਕਰਾ ਲਿਆ ਉਹ ਵੀ ਅਤੇ ਪੂਰਾ ਬਲੈਕ ਹੋ ਜਾਏਗਾ ਇਹ ਫਿਰ ਬੜਾ ਸਹੀ ਲੱਗੇਗਾ ਆ ਫਿਰ ਕਿੰਨੀ ਘੈਂਟ ਗੱਡੀ ਹੈ ਭਾਈ ਜੀ ਸਿਰਾ ਇਹ ਹੈ ਹੀ ਹੈ ਨਾ ਰਾਜ ਕਸਟਮ ਭਾਈ ਦਾ ਮਤਲਬ ਉਹ ਹੈ ਬੜੀ ਖਤਰਨਾਕ ਗੱਡੀ ਬਣਾਈ ਹੈ ਭਾਜੀ ਨੇ ਚੈੱਕ ਕਰੋ ਪੂਰੀ ਓਕੇ ਰਿਪੋਰਟ ਹੇਅਰ ਵੀ ਗੋ ਰਾਜ ਕਸਟਮਸ ਬੜੀ ਖਤਰਨਾਕ ਗੱਡੀ ਬਣਾਈ ਹੈ ਰੋਪੜ ਦੀ ਹੈ ਭਾਈ ਸਾਹਿਬ ਅੱਛਾ ਕਿੱਥੇ ਜੀ ਪੁਰਾਣੇ ਅੱਡੇ ਅੱਛਾ ਪੁਰਾਣੇ ਅੱਡੇ ਜੀ ਕਸਟਮਾਈਜ਼ ਗੱਡੀਆਂ ਫਾਈਨਲੀ ਕੰਮ ਪੂਰਾ ਹੋ ਚੁੱਕਿਆ ਗੱਡੀ ਦਾ ਆਹ ਵੀ ਹੋ ਲੱਗ ਗਿਆ ਬੜੀ ਘੈਂਟ ਫਿਨਿਸ਼ ਆਈ ਹੈ ਬੰਦ ਕਰਕੇ ਖਾਂਦਾ ਤੁਹਾਨੂੰ ਇੱਕ ਇੱਕਦਮ ਨਾਲ ਹੀ ਲੱਗ ਰਿਹਾ ਕਿੰਨੇ ਵਧੀਆ ਲੱਗ ਰਿਹਾ ਮੈਚਿੰਗ ਆਹ ਵੀ ਪੂਰਾ ਸੇਮ ਹੁਣ ਦੇਖੋ ਕਿੰਨੀ ਖਤਰਨਾਕ ਲੱਗ ਰਹੀ ਪਿੱਛੇ ਗੱਡੀ ਪੂਰਾ ਮੈਚ ਕਰ ਰਿਹਾ ਨਾ ਇਹ ਤਾਂ ਪਹਿਲਾਂ ਦਾ ਹੈ ਆਹ ਦੇਖੋ ਪਹਿਲਾਂ ਦਾ ਤਾਂ ਸੇਮ ਕਲਰ ਹੈ ਸਾਈਡ 'ਤੇ ਕੁਛ ਇੱਦਾਂ ਲੁੱਕ ਆ ਰਹੀ ਹੈ ਮਿਰਰ ਜੋਲੀ ਆਟੋ ਪਾਰਟਸ ਇਨਵਿਨਸੀਬਲ ਮੌਸਮ ਦੇਖੋ ਤੁਸੀਂ ਬੱਦਲ ਆ ਜਾਈਏ ਅਤੇ ਆਪਾਂ ਹੁਣ ਆਇਆ ਇੱਥੇ ਸਾਊਥ ਇੰਡੀਅਨ ਡੋਸਾ ਭੁੱਖ ਬਹੁਤ ਲੱਗੀ ਬਹੁਤ ਟਾਈਮ ਲੱਗਿਆ ਤੁਹਾਨੂੰ ਉੱਥੇ ਜ਼ਿਆਦਾ ਟਾਈਮ ਲੱਗ ਗਿਆ ਅਤੇ ਅੱਛਾ ਆਪਾਂ ਇਡਲੀ ਖਾਈ ਥੋੜ੍ਹੀ ਕੱਲ੍ਹ ਮੈਂ ਖਾ ਕੇ ਆਈ ਬੜੀ ਕੈਮ ਸੀਗੀ ਇਡਲੀ ਆ ਚੁੱਕੀ ਹੈ ਹਰਮਨ ਟਰਾਈ ਕਰਨ ਲੱਗਿਆ ਮੈਂ ਕੱਲ੍ਹ ਖਾ ਕੇ ਗਈ ਬੜੀ ਘੈਂਟ ਸੀ ਮੈਂ ਖਾਏ ਪਹਿਲੀ ਪਹਿਲੀ ਖਾਣ ਲੱਗਿਆ ਹਾਂ ਲੈ ਵੀ ਹਰਮਨ ਪਹਿਲੀ ਖਾਣ ਲੱਗਿਆ ਇਡਲੀ ਮੈਂ ਤਾਂ ਘਰ ਮੰਮੀ ਬਣਾ ਲੈਂਦੀ ਮੇਰੀ ਕੱਲ੍ਹ ਮੈਂ ਖਾ ਗਿਆ ਬਹੁਤ ਘੈਂਟ ਸੀ ਤਾਂ ਹੀ ਅੱਜ ਫਿਰ ਆ ਗਿਆ ਆਪਾਂ ਸਵਾਦ ਹੈ ਸਾਡਾ ਨਾਮ ਲੈ ਜਾਓ ਤੁਹਾਨੂੰ ਕੋਈ ਵੀ ਸੁਝਾਅ ਹੋਈ ਮਿਲੂੰਗਾ ਨਹੀਂ ਕੋਈ ਮੈਸੇਜ ਨਹੀਂ ਮਿਲਦਾ ਤੁਹਾਨੂੰ ਖਾ ਕੇ ਫਿਰ ਮਿਲ ਜਾਣਾ ਥੋੜ੍ਹੀ ਦੇਰ 'ਚ ਮੌਸਮ ਬੜਾ ਘੈਂਟ ਹੋਇਆ ਅੱਜ ਅਤੇ ਇਡਲੀ ਬੜੀ ਸਹੀ ਸੀਗੀ ਆ ਹੁਣ ਆਪਾਂ ਇਡਲੀ ਖਾ ਕੇ ਨਿਕਲ ਲੱਗੇ ਮੌਸਮ ਵੀ ਥੋੜ੍ਹਾ ਸਵਾਨ ਆਏ ਹੋ ਗਿਆ ਸਵਾਦ ਸੀ ਨਾ ਇਡਲੀ ਘੈਂਟ ਸੀ ਨਾ ਇਡਲੀਆਂ ਬੜੀਆਂ ਘੈਂਟ ਸੀਗੀਆਂ ਅਤੇ ਹੁਣ ਆਪਾਂ ਇੱਥੇ ਨਿਕਲ ਲੱਗੇ ਜੈ ਸਿੰਘ ਨਗਰ ਤੋਂ ਵੀਡੀਓ ਐਡਿਟ ਕਰਨਾ ਭੁੱਲ ਗਿਆ ਸੀਗਾ ਅਤੇ ਅੱਜ ਮੈਂ ਕਾਫੀ ਦਿਨ ਬਾਅਦ ਵੀਡੀਓ ਐਡਿਟ ਕਰਨ ਲੱਗਿਆ ਹੁਣ ਐਡਿਟ ਕਰਦੇ ਟਾਈਮ ਆਈ ਹੋਪ ਤੁਹਾਨੂੰ ਗੱਡੀ ਦਾ ਜਿਹੜਾ ਰੈਪ ਕਰਾਇਆ ਵਧੀਆ ਲੱਗਿਆ ਹੋਏਗਾ ਅਤੇ ਜੇ ਵਧੀਆ ਲੱਗਿਆ ਤਾਂ ਹਿੱਟ ਲਾਈਕ ਐਂਡ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੱਦਾਂ ਲੱਗੀ ਓਵਰਆਲ ਜਿਹੜਾ ਬਲੈਕ ਲੁੱਕ ਆ ਰਹੀ ਹੈ ਅਤੇ ਇਹ 'ਚ ਸ਼ੇਡਸ ਲਗਾ ਕੇ ਦਿਖਾਵਾਂਗੇ ਤੁਹਾਨੂੰ ਕਦੇ ਹੋਰ ਵੀਡੀਓ 'ਚ ਅਤੇ ਲੈ ਕੇ ਆਉਂਗੇ ਪਹਿਲਾਂ ਪਈ ਆ ਪਰ ਉਹ ਥੋੜ੍ਹੀ ਅੱਧੇ ਸ਼ੇਡਸ ਹੈ ਮਤਲਬ ਅਤੇ ਪੂਰੇ ਓਵਰਆਲ ਜਿਹੜੇ ਕਵਰਡ ਹੁੰਦੇ ਬਲੈਂਕ ਸ਼ੇਡਸ ਜਿਹੜੇ ਹੁੰਦੇ ਆ ਪੂਰੇ ਲੈ ਕੇ ਆਵਾਂਗੇ ਅਤੇ ਯੈਸ ਇਹੀ ਸੀ ਅੱਜ ਦੀ ਵੀਡੀਓ 'ਚ ਸਬਸਕ੍ਰਾਈਬ ਕਰੇ ਬਿਨਾਂ ਨਾ ਜਾਇਓ ਸਬਸਕ੍ਰਾਈਬ ਕਰ ਦਿਓ ਇੱਕ ਸਬਸਕ੍ਰਾਈਬ ਤੁਹਾਡਾ ਬਹੁਤ ਮਾਇਨੇ ਰੱਖਦਾ ਹੈ ਅਤੇ ਮਿਲਦੇ ਤੁਹਾਨੂੰ ਆਪਣੇ ਨੈਕਸਟ ਵੀਡੀਓ ਤੋਂ ਤੱਕ ਟੇਕ ਕੇ ਬਾਏ ਬਾਏ ਵਾਹਿਗੁਰੂ ਮੇਰ ਕਰੇ